ਤੋਂ ਪਹਿਲਾਂ ਇੱਕ ਬੇਨਤੀ ਹੋਰ ਕਰਾਂ ਤੁਹਾਡੇ ਚਰਨਾਂ 'ਚ। ਕਿਸੇ ਦਾਨੇ ਸੱਜਣ ਦੀ ਕਲਮ ਨੇ ਬੜੀਆਂ ਸੋਹਣੀਆਂ ਸਤਰਾਂ ਲਿਖੀਆਂ ਨੇ। ਉਹ ਕਹਿੰਦਾ ਵੀ ਇੱਕ ਦਿਨ ਮੈਂ ਇੱਕ ਮੁਸਲਮਾਨ ਵੀਰ ਨੂੰ ਮਿਲਿਆ ਤੇ ਮੈਂ ਉਹਨੂੰ ਇੱਕ ਗੱਲ ਪੁੱਛੀ ਵੀ ਤੇਰੀ ਜਾਤ ਕੀ ਹੈ, ਵੀ ਤੇਰੀ ਜਾਤ ਕੀ ਹੈ, ਕਿਹੜੀ ਕਾਸਟ ਨੂੰ ਤੂੰ ਬਿਲੋਂਗ ਕਰਦਾ। ਉਹ ਕਹਿਣ ਲੱਗਾ ਮੈਂ ਮੁਸਲਮਾਨ ਹਾਂ। ਉਹ ਕਹਿਣ ਲੱਗਾ ਵੀ ਚਲੋ ਠੀਕ ਹੈ, ਮੈਂ ਸੋਚਿਆ ਨਾ ਵੀ ਚਲੋ ਮੁਸਲਮਾਨ ਜਾਤ ਤੋਂ ਨਹੀਂ ਹੈ। ਉਹ ਕਹਿੰਦਾ ਵੀ ਮੈਨੂੰ ਪੂਰੀ ਤਸੱਲੀ ਨਾ ਹੋਈ, ਮੈਂ ਦੋ ਚਾਰਾਂ ਨੂੰ ਹੋਰ ਪੁੱਛ ਲਿਆ ਵੀ ਤੇਰੀ ਜਾਤ ਕੀ ਹੈ। ਉਹ ਜਿਹਨੂੰ ਪੁੱਛਾਂ ਉਹੀ ਆਖੇ ਮੁਸਲਮਾਨ। ਮੈਂ ਤੀਜੇ ਨੂੰ ਪੁੱਛਿਆ, ਚੌਥੇ ਨੂੰ ਪੁੱਛਿਆ, ਉਹ ਕਹਿਣ ਲੱਗਾ ਇਉਂ ਕਰਦਿਆਂ ਮੈਂ ਕਈ ਬੰਦਿਆਂ ਨੂੰ ਪੁੱਛਿਆ, ਜਿਹਨੂੰ ਪੁੱਛਿਆ ਉਹ ਆਖੇ ਮੈਂ ਮੁਸਲਮਾਨ ਹਾਂ। ਕਹਿਣ ਲੱਗੇ ਵੀ ਮੈਨੂੰ ਤਸੱਲੀ ਨਾ ਹੋਈ, ਮੈਂ ਬੜਾ ਹੈਰਾਨ ਹੋਇਆ। ਫਿਰ ਮੈਂ ਪੂਰਾ ਵਿਸਥਾਰ ਦੇ ਨਾਲ ਪੁੱਛਿਆ ਵੀ ਤੁਹਾਡੀ ਜਾਤ ਕੋਈ ਨਹੀਂ ਹੁੰਦੀ। ਕਹਿੰਦੇ ਨਹੀਂ, ਅਸੀਂ ਮੁਸਲਮਾਨ ਹੀ ਹੁੰਦੇ ਹਾਂ। ਜਿਹਨੂੰ ਮਰਜ਼ੀ ਪੁੱਛ ਕੇ ਦੇਖੋ, ਹਰ ਬੰਦਾ ਛਾਤੀ ਤੇ ਹੱਥ ਮਾਰ ਕੇ ਆਖੇਗਾ ਮੈਂ ਮੁਸਲਮਾਨ ਹਾਂ। ਤੇ ਉਹਨੇ ਆਪਦੀ ਕਲਮ ਦਾ ਮੋੜ ਜਿਹੜਾ ਫਿਰ ਸਿੱਖ ਧਰਮ ਵਾਲੇ ਪਾਸੇ ਲੈ ਕੇ ਆਉਂਦਾ। ਉਹ ਕਹਿੰਦਾ ਸਿੱਖ ਨੂੰ ਪੁੱਛ ਕੇ ਦੇਖ ਲਓ ਵੀ ਤੇਰੀ ਜਾਤ ਕੀ ਹੈ। ਇੱਕ ਨੂੰ ਪੁੱਛੋ ਉਹ ਆਖੇਗਾ ਮੈਂ ਲਬਾਣਾ, ਦੂਜੇ ਨੂੰ ਪੁੱਛੋ ਆਖੇਗਾ ਮੈਂ ਕਟਾਰੀਆ, ਤੀਜੇ ਨੂੰ ਪੁੱਛੋ ਆਖੇਗਾ ਮੈਂ ਢਿੱਲੋਂ ਆ। ਉਹ ਕਦੋਂ ਕਰਮਾਂ ਵਾਲਾ ਦਿਨ ਆਵੇਗਾ ਗੁਰੂ ਨਾਨਕ ਦੇ ਸਿੱਖਾਂ, ਜਦੋਂ ਤੈਨੂੰ ਕੋਈ ਤੇਰੀ ਜਾਤ ਪੁੱਛੇ ਤੂੰ ਆਖੇ ਉਹ ਸੱਜਣਾ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਆ। ਉਹ ਕਦੋਂ ਕਰਮਾਂ ਵਾਲਾ ਦਿਨ ਆਵੇਗਾ ਜਦੋਂ ਤੈਨੂੰ ਕੋਈ ਤੇਰੀ ਜਾਤ ਪੁੱਛੇ ਤੂੰ ਆਖੇ ਮੈਂ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ।